ਵੱਲੋਂ ਮਨਜਿੰਦਰ ਸਿੰਘ, ਸਨ ਆਫ ਹੁਕਮ ਸਿੰਘ ਪਿੰਡ ਕੰਗਰੌੜ ਤੋਂ, ਉਹ ਵੀ ਆ ਜਾਣ। ਤਰਸੇਮ ਲਾਲ ਡਾਕੀਆ ਪਿੰਡ ਕੰਗਰੌੜ ਤੋਂ ਮੇਰੀ ਆਵਾਜ਼ ਸੁਣਦੇ ਹੁਣ ਤਾਂ ਆ ਜਾਣ। ਸੁਖਦੇਵ ਸਿੰਘ ਮੰਨਾ ਪਿੰਡ ਕੰਗਰੌੜ ਤੋਂ, ਬੇਨਤੀ ਆ ਕਿ ਸਰੂਪ ਜ਼ਰੂਰ ਪ੍ਰਾਪਤ ਕਰੋ ਜੀ, ਜਲਦੀ ਜਲਦੀ ਆਓ, ਟਾਈਮ ਬਹੁਤ ਘੱਟ ਆ। ਫੇਰ ਦੁਬਾਰਾ ਰਿਪੀਟ ਕਰਦੇ ਹੋ, ਹਾਂਜੀ ਦਿਓ ਜੀ ਮਾਤਾ ਭਾਲ। ਮਨਜਿੰਦਰ ਸਿੰਘ ਸਾਨੂੰ ਹੁਕਮ ਸਿੰਘ ਇਹ ਵੀ ਆ ਜਾਣ, ਜਿੱਥੇ ਵੀ ਆਵਾਜ਼ ਪਹੁੰਚ ਗਈ ਆ। ਸੁਖਦੇਵ ਸਿੰਘ ਮੰਨਾ ਇਹ ਵੀ ਆ ਜਾਣ, ਰਿੰਕੂ ਸਾਨੂੰ ਗੁਲਸ਼ਨ ਕੁਮਾਰ ਕੰਗਰੌੜ, ਰਿੰਕੂ ਸਾਨੂੰ ਗੁਲਸ਼ਨ ਕੁਮਾਰ ਪਿੰਡ ਕੰਗਰੌੜ, ਅਸ਼ੋਕ ਕੁਮਾਰ ਸਾਨੂੰ ਸੁਰਿੰਦਰ ਕੁਮਾਰ ਪਿੰਡ ਕੰਗਰੌੜ। ਕੰਗਰੌੜ ਦੀ ਸੰਬੰਧਿਤ ਨੂੰ ਬੇਨਤੀ ਆ ਕਿ ਸਰੂਪੇ ਜ਼ਰੂਰ ਲਓ ਜੀ, ਸੁਣਦੇ ਹੁਣੇ ਆਵਾਜ਼ ਕਿਤੇ ਨਾ ਕਿਤੇ। ਕੋਈ ਫੈਮਿਲੀ ਮੈਂਬਰ ਆ ਜਾਂ ਕੋਈ ਰਿਲੇਟਿਵ ਆ, ਉਹ ਵੀ ਆ ਜਾਵੇ, ਕੋਈ ਗੱਲ ਨੀ। ਕੰਗਰੌੜ ਤੋਂ ਅਗਰ ਆਪ ਹਾਜ਼ਰ ਨਹੀਂ ਆ, ਕੋਈ ਫੈਮਿਲੀ ਮੈਂਬਰ ਆ, ਉਹ ਆ ਜਾਓ। ਸੰਦੀਪ ਕੁਮਾਰ ਸਾਨੂੰ ਮੰਗਤ ਰਾਮ ਕੰਗਰੌੜ, ਸੰਦੀਪ ਕੁਮਾਰ ਸਾਨੂੰ ਮੰਗਤ ਰਾਮ ਪਿੰਡ ਕੰਗਰੌੜ, ਗੁਰਨਾਮ ਸਿੰਘ ਭੋਗਲ ਪਿੰਡ ਚੇਲਾ, ਕਿਤੇ ਆਵਾਜ਼ ਸੁਣਦੇ ਹੁਣ ਗੁਰਨਾਮ ਸਿੰਘ ਭੋਗਲ। ਭੋਗਲ ਸਾਹਿਬ ਆਓ ਜੀ ਜਲਦੀ ਇੱਧਰ ਸਟੇਜ ਤੇ। ਬੋਲ ਸੱਚੇ ਦਰਬਾਰ ਕੀ ਜਾ, ਇਹ ਭੋਗਲ ਸਾਹਿਬ ਨੇ ਪਿੰਡ ਚੇਲਾ ਤੋਂ, ਧੰਨਵਾਦ ਭੋਗਲ ਸਾਹਿਬ ਤੁਹਾਡਾ। ਹਰਦੀਪ ਸਿੰਘ ਸਰਪੰਚ ਪਿੰਡ ਚੇਲਾ, ਹਰਦੀਪ ਸਿੰਘ ਸਰਪੰਚ ਪਿੰਡ ਚੇਲਾ। ਕੋਈ ਫੈਮਿਲੀ ਮੈਂਬਰ, ਜੇ ਸਰਪੰਚ ਸਾਹਿਬ ਆਪ ਨਹੀਂ ਆਏ, ਕੋਈ ਫੈਮਿਲੀ ਮੈਂਬਰ ਜਾਂ ਉਹਨਾਂ ਦੇ ਦੋਸਤ ਇੱਥੇ ਆਏ ਹੋਏ ਨੇ, ਉਹ ਵੀ ਸਰੂਪਾ ਉਹਨਾਂ ਦਾ ਲੈ ਲੈਣ। ਹਰਦੀਪ ਸਿੰਘ ਸਰਪੰਚ ਪਿੰਡ ਚੇਲਾ, ਬੁਲਾਵੋ ਗਰੀਬ ਦਾਸ, ਕਿਤੇ ਆਵਾਜ਼ ਸੁਣਦਾ ਹੋਵੇ, ਗਰੀਬ ਦਾਸ ਚੇਲੇ ਤੋਂ ਕਿਤੇ ਆਵਾਜ਼ ਸੁਣਦਾ ਹੋਵੇ ਤਾਂ ਸਰਪੰਚ ਦਾ ਸਰੂਪਾ ਜ਼ਰੂਰ ਪ੍ਰਾਪਤ ਕਰੇ। ਗਰੀਬ ਦਾਸ ਜਲਦੀ ਆਵੇ ਸਟੇਜ ਤੇ, ਗਰੀਬ ਦਾਸ ਪਿੰਡ ਚੇਲਾ। ਅੰਮ੍ਰਿਤਪਾਲ ਸਨ ਆਫ ਲਕਸ਼ਮਣ ਦਾਸ ਪਿੰਡ ਚੇਲਾ, ਅੰਮ੍ਰਿਤਪਾਲੀ ਬਿਜਲੀ ਬੋਰਡ ਟਿਕਾਣਾ ਬਾਬਾ ਘੋੜੇ ਸ਼ਾਹ ਦਰਬਾਰ ਦਾ। ਉਹ ਇੱਥੇ ਗਰੀਬ ਦਾਸ ਆ ਰਿਹਾ, ਆ ਰਿਹਾ। ਅੱਛਾ, ਜੋਗਰਾਜ ਸਿੰਘ ਸਾਨੂੰ, ਹਰਦੀਪ ਸਿੰਘ ਗਿੱਲ, ਇਹ ਦੀਪਾ ਚੇਲਾ। ਜੇ ਕਿਤੇ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਸਰੂਪਾ ਜ਼ਰੂਰ ਪ੍ਰਾਪਤ ਕਰੇ। ਜੋਗਰਾਜ ਸਿੰਘ ਸਨ ਆਫ ਹਰਦੀਪ ਸਿੰਘ ਗਿੱਲ, ਦੀਪਾ ਚੇਲਾ।
ਹਾਂ ਠੀਕ ਹੈ ਠੀਕ ਹੈ ਮਿਹਰਬਾਨੀ। ਬਲਵੀਰ ਸਿੰਘ ਸਨ ਆਫ ਚਰਨ ਰਾਮ ਪਿੰਡ ਚੇਲਾ, ਬਲਵੀਰ ਸਿੰਘ ਸਨ ਆਫ ਚਰਨ ਰਾਮ ਪਿੰਡ ਚੇਲਾ, ਇਹ ਵੀ ਆਪਣਾ ਸਰੂਪ ਕਰੂ। ਕੋਈ ਹੋਰ ਫੈਮਿਲੀ ਮੈਂਬਰ ਆ ਜਾਓ, ਕੋਈ ਜ਼ਰੂਰੀ ਨਹੀਂ ਹੈ ਜੇ ਉਹ ਇੱਧਰ ਉੱਧਰ ਹਨ। ਬੀਬੀ ਕਸ਼ਮੀਰ ਕੌਰ ਨੂੰ ਬੇਨਤੀ ਹੈ ਕਿ ਉਹ ਆਪਣਾ ਸਰੂਪ ਪ੍ਰਾਪਤ ਕਰ ਲਈ। ਕਸ਼ਮੀਰ ਕੌਰ ਪਿੰਡ ਚੇਲੇ ਤੋਂ ਬਲਵੀਰ ਕੌਰ ਜੋ ਗੁਰੂ ਘਰ ਦੇ ਪਾਠੀ ਨੇ ਉਹ ਆ ਜਾਣ। ਕਸ਼ਮੀਰ ਕੌਰ ਜੀ, ਗੁਰਦੀਪ ਸਿੰਘ ਸਨ ਆਫ ਦਿਲਬਾਗ ਸਿੰਘ ਗਿੱਲ ਪਿੰਡ ਚੇਲਾ, ਗੁਰਦੀਪ ਸਿੰਘ ਸਨ ਆਫ ਦਿਲਬਾਗ ਸਿੰਘ ਪਿੰਡ ਚੇਲਾ, ਇਹ ਵੀ ਆਪਣਾ ਸਰੂਪਾ ਪ੍ਰਾਪਤ ਕਰ। ਹੈਲੋ, ਗੁਰਦੀਪ ਸਿੰਘ ਸਨ ਆਫ ਦਿਲਬਾਗ ਸਿੰਘ ਗਿੱਲ ਦਾ ਸਰੂਪਾ ਜਿਹੜਾ ਆ ਕੋਈ ਟੈਂਕਾ ਮੁੰਡਾ ਆ ਚੇਲੇ ਤੋਂ, ਉਹ ਆਪਣਾ ਪ੍ਰਾਪਤ ਕਰ ਲਵੇ। ਟੈਂਕੇ ਨੂੰ ਬੇਨਤੀ ਆ ਕਿ ਗੁਰਦੀਪ ਸਿੰਘ ਦਾ ਸਰੂਪਾ ਲਵੇਗੀ। ਬੀਬੀ ਜੀ ਆਏ ਆ, ਇਹਨਾਂ ਦਿਓ ਸਰੂਪਾ। ਹੈਲੋ, ਸਰੂਪਾ ਦੇ ਬਾਬਾ ਬੋਲ ਸੱਚੇ ਦਰਬਾਰ ਕੀ ਹੈ। ਪ੍ਰਦੀਪ ਸਿੰਘ ਸਨ ਆਫ ਸਤਨਾਮ ਸਿੰਘ ਪਿੰਡ ਚੇਲਾ, ਪ੍ਰਦੀਪ ਸਿੰਘ ਸਨ ਆਫ ਸਤਨਾਮ ਸਿੰਘ ਪਿੰਡ ਚੇਲਾ, ਇਹ ਵੀ ਆ ਜਾਣ। ਨਰੇਸ਼ ਕੁਮਾਰ ਸਨ ਆਫ ਜੋਗਿੰਦਰ ਰਾਮ ਜੀ ਪਿੰਡ ਚੇਲਾ, ਨਰੇਸ਼ ਕੁਮਾਰ ਸਨ ਆਫ ਜੋਗਿੰਦਰ ਰਾਮ ਪਿੰਡ ਚੇਲਾ। ਕੋਈ ਫੈਮਿਲੀ ਮੈਂਬਰ ਆਇਆ ਤਾਂ ਉਹ ਵੀ ਆ ਸਕਦੇ ਨੇ, ਸਰੂਪਾ ਪ੍ਰਾਪਤ ਕਰੋ ਜੀ। ਸੋਹਣ ਲਾਲ ਸਨ ਆਫ ਭਗਤਾ ਰਾਮ ਪਿੰਡ ਚੇਲਾ, ਅੱਛਾ ਪ੍ਰਦੀਪ ਜੀ ਆ ਨਾ ਬੋਲ ਸੱਚੇ ਦਰਬਾਰ ਕੀ ਜੈ। ਸੋਹਣ ਲਾਲ ਸਨ ਆਫ ਭਗਤਾ ਰਾਮ ਪਿੰਡ ਚੇਲਾ, ਜੀਵਨ ਆ ਬਈ, ਜਲਦੀ ਆਓ, ਟਾਈਮ ਨਹੀਂ ਹੈ ਪਾਰਟੀ। ਮੰਗਾ ਰਾਮ ਜੀ ਕਟਿਆਣਾ, ਸਰੋਪਾ ਦੇ ਦਿਓ ਪਹਿਲਾਂ ਉਹਨਾਂ ਨੂੰ, ਪਾਓ ਉਹਨਾਂ ਦੇ ਨਾਲ ਪਾ ਦਿਓ। ਬੋਲ ਸੱਚੇ ਦਰਬਾਰ ਕੀ ਜੈ। ਮਹਿੰਦਰਪਾਲ ਜੀ ਕਟਿਆਣਾ, ਮਹਿੰਦਰਪਾਲ ਜੀ ਕਟਿਆਣਾ, ਇਹ ਵੀ ਆਪਣਾ ਸਰੂਪਾ ਲੈ ਲੈਣ। ਕਮਲਜੀਤ ਸਿੰਘ ਚੇਲਾ, ਕਮਲਜੀਤ ਸਿੰਘ ਚੇਲਾ,
ਬੋਲ ਸੱਚੇ ਦਰਬਾਰ ਕੀ ਜੈ। ਕਮਲ ਜੀ ਬੋਲ ਸੱਚੇ ਦਰਬਾਰ ਕੀ ਜੈ। ਮਹਿੰਦਰ ਅੱਗੇ ਆ ਜੀ, ਮਹਿੰਦਰ ਸਿੰਘ ਜਗੀਰ ਕੌਰ, ਬੀਬੀ ਜਗੀਰ ਕੌਰ ਚੇਲਾ, ਜੇ ਇਹਨਾਂ ਦੇ ਪਰਿਵਾਰ ਵਿੱਚੋਂ ਜਾਂ ਅੱਛਾ ਠੀਕ ਹੈ ਠੀਕ ਹੈ। ਬੋਲ ਸੱਚੇ ਦਰਬਾਰ ਕੀ ਜੈ। ਲਾਲ ਚੰਦ ਜੀ ਜੜਿਆਲਾ, ਇਹ ਵੀ ਆਪਣਾ ਸਰੋਪਾ ਲੈ ਲੈਣ, ਲਾਲ ਚੰਦ ਜੀ ਜੜਿਆਲਾ। ਜਸਵੰਤ ਸਿੰਘ ਰਾਏਪੁਰ ਫੌਜੀ ਸਾਹਿਬ, ਮਿਸਟਰ ਸਿੱਧੂ, ਬੋਲ ਸੱਚੇ ਦਰਬਾਰ ਕੀ ਜੈ। ਸੋ ਬਹੁਤ ਬਹੁਤ ਮਿਹਰਬਾਨੀ ਜਿਹਨਾਂ ਦੇ ਰਹਿ ਗਏ ਨੇ, ਇਤਰਾਜ਼ ਨਹੀਂ ਕਰਨਾ, ਇੱਥੇ ਹੀ ਕਮੇਟੀ ਮੈਂਬਰ ਬੈਠੇ, ਇਹਨੂੰ ਆਪਣਾ ਲੈ ਕੇ ਇੱਕ ਹੋਰ ਬੇਨਤੀ ਆ। ਹਾਂਜੀ ਹਾਂਜੀ ਦਿਓ ਜੀ, ਸੁਜੀਤ ਜੜਿਆਲਾ, ਠੀਕ ਹੈ ਮਿਹਰਬਾਨੀ। ਬਾਬਾ ਦਰਸ਼ਨ ਉਹਨਾਂ ਦੇ ਨਾਲ ਬੈਠੇ ਨੇ, ਕਾਲੂਪੁਰ ਤੋਂ ਬਿੱਟੂ, ਬਾਬਾ ਦਰਸ਼ਨ ਦਾਸ ਦੇ ਨਾਲੇ ਬਿੱਟੂ ਬੈਠੇ ਨੇ ਕਾਲੂਪੁਰ ਤੋਂ, ਵੀ ਆਪਣਾ ਸਰੋਪਾ ਲੈ ਲੈਣ। ਧੰਨਵਾਦ ਜੀ, ਮਿਹਰਬਾਨੀ। ਨਿਤੇਸ਼ ਸ਼ਰਮਾ ਮੋਣੀ, ਮੁਰਲੀ ਸਾਈ, ਮੁਰਲੀ ਸਾਈ ਹਰਮਨ, ਰਾਮੂ ਰਾਮੂ, ਲਖਵਿੰਦਰ ਬੱਧਣ, ਅਜੇ ਜੀਤਾ ਚੇਲਾ, ਜੀਤਾ ਚੇਲਾ ਜੀਤੇ ਚੇਲੇ ਦੇ ਨਾਲ ਪ੍ਰੀਤਾ ਚੇਲਾ, ਬਾਵਾ ਬਾਵਾ ਗੱਡੀ ਵਾਲਾ ਬਾਵਾ, ਜੀਤਾ ਚੇਲਾ ਪ੍ਰੀਤ ਚੇਲਾ, ਮੀਕਾ ਹਲਵਾਈ, ਮੀਕਾ ਹਲਵਾਈ ਜਿਨ ਸਬਜ਼ੀ ਬਣਾਈ, ਵਧੀਆ ਪਕੌੜੇ ਖੜਾਈ, ਰਸ ਮਲਾਈ ਖੜਾਈ, ਰਸ ਮਲਾਈ ਖੜਾਈ। ਬਹੁਤ ਬਹੁਤ ਇਹਨਾਂ ਬੱਚਿਆਂ ਦੇ ਤਹਿ ਦਿਲੋਂ ਧੰਨਵਾਦ ਆ ਸੀ ਜਿਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ। ਹਰਜੀਤ ਚੇਲਾ ਕੋਈ ਨਾਰਾਜ਼ ਨਹੀਂ, ਹਾਜ਼ਰ ਦਾ ਆ ਗਿਆ ਮੀਕਾ ਹਲਵਾਈ, ਆ ਗਿਆ ਮੀਕਾ ਹਲਵਾਈ। ਚਲੋ ਕੋਈ ਨੀ, ਕੋਈ ਗੱਲ ਨੀ, ਆਪਣੇ